वेलकम टू खन्ना न्यूज लाइव। जिला नवांशहर दे बंगा शहर अंदर मोहल्ला प्रताप दी रहण वाली 8 साला लड़की रमनदीप कौर जो के चौथी जमात दी विद्यार्थन है, रमन कल अपनी सहेलियां नाल घर दे बाहर खेल रही सी के एक पिटबुल कुत्ते ने उसनू आ दबोच लिया अते उसदी खब्बी बांह नू बुरी तरह नाल वड्डिया। बच्ची दीयां चीकां सुन के उसदे परिवारक मैंबर अते आस पड़ोसी बाहर निकल के आ गए अते उन्हां ने बच्ची नू कुत्ते कोलों बड़ी मुश्किल नाल छड़वाया। उस मौके कुत्ता उत्थों भज गया, परंतु देर रात नू मोहल्ला वासियां ने कुत्ते नू लब के मार दिता। बच्ची दी बांह ते करीब 10 कु टांके लगे हन, जिथे बच्ची ने अपनी हड बीती मीडिया नू दसी अते उत्थे ही उसदी मां ने पुलिस प्रशासन अते पशु विभाग नू भी गुहार लगाई है कि अजिहे खतरनाक कुत्तियां ते नत्थ पाई जावे। रमनदीप कौर, फोर्थ। मैं कल खेडदी पई सी, ओह कुत्ते ने मैं बांह किसे नू फड़ांदी पई सी, पटाका उहने उछल के बांह फड़ ली। अंदर ले लिया रमनदीप कौर कि 8 साल दी। ਪਟੇਲ ਚੌਂਕ ਕੀ ਗੱਲ ਬਾਤ ਹੋਈ? ਇਹ ਬੱਚੇ ਕੱਲ੍ਹ ਬਾਹਰ ਖੇਡਦੇ ਸੀਗੇ ਅਤੇ ਇੱਕ ਡੋਗੀ ਆਇਆ ਬਾਹਰੋਂ ਪਿਟਬਾਲ, ਤਾਂ ਇਹਨਾਂ ਨੇ ਬੱਚਿਆਂ ਨੇ ਅਸੀਂ ਵੀ ਨਹੀਂ ਦੇਖਿਆ ਅਤੇ ਇਹਦੀ ਬਾਂਹ ਨੂੰ ਪੈ ਗਿਆ ਅਤੇ ਬੱਚੇ ਦੀ ਬਾਂਹ ਨੂੰ ਫੜ ਲਈ ਬੱਚੇ ਨੇ ਨਾ ਛਡਾ ਕੇ ਗਾਂਹ ਅੱਗੇ ਲੰਘ ਗਏ। ਫਿਰ ਉੱਥੇ ਅੱਗੇ ਬਹੁਤ ਸਾਰੀ ਲੇਡੀਜ਼ ਬੈਠੀਆਂ ਸੀਗੀਆਂ ਅਤੇ ਉਹਨਾਂ ਨੇ ਰੌਲਾ ਪਾਇਆ ਵੀ ਤੁਹਾਡੀ ਬੱਚੇ ਦੀ ਬਾਂਹ ਖਾ ਲਈ ਡੋਗੀ ਨੇ, ਅਤੇ ਉਹ ਇਹ ਛਡਾ ਕੇ ਬਾਂਹ ਨੱਠ ਗਏ ਅਤੇ ਉਹ ਕੁੱਤਾ ਇੱਕ ਪਾਸੇ ਚਲੇ ਗਿਆ ਅਤੇ ਇਹ ਫਿਰ ਵਾਪਸ ਉਹਨੂੰ ਛੱਡ ਕੇ ਗਏ ਘਰ ਦੇ ਵਿੱਚ। ਫਿਰ ਅਸੀਂ ਘਬਰਾ ਗਏ, ਫਿਰ ਇਹਨੂੰ ਹੋਸਪਿਟਲ ਦੇ ਵਿੱਚ ਲੈ ਗਏ। ਫਿਰ ਲੋਕਾਂ ਨੂੰ ਇਹ ਚਾਹੀਦਾ ਵੀ ਜਿਨ੍ਹਾਂ ਦੇ ਘਰ ਵਿੱਚ ਡੋਗੀ ਹੈਗੇ ਆਪਣੇ ਸਾਂਭ ਕੇ ਘਰਾਂ ਦੇ ਵਿੱਚ ਰੱਖਣ, ਪਰ ਇਹ ਆ ਵੀ ਇੱਦਾਂ ਦੇ ਡੋਗੀ ਨਹੀਂ ਘਰ ਰੱਖਣੇ ਚਾਹੀਦੇ। ਇਹ ਕਿਸ ਦਾ ਰੱਖਿਆ ਸੀ ਡੋਗੀ? ਨਹੀਂ, ਇਹ ਅਵਾਰਾ ਡੋਗੀ ਸੀਗਾ। ਅਤੇ ਜਿਹੜੇ ਅਵਾਰਾ ਡੋਗੀ, ਇਹਨਾਂ ਦੇ ਬਾਰੇ ਤੁਸੀਂ ਕੀ ਪ੍ਰਸ਼ਾਸਨ ਖੜਾ ਕਰਦੇ? ਇਹ ਆ ਵੀ ਇੱਦਾਂ ਦੇ ਡੋਗੀ ਨਹੀਂ ਘਰਾਂ ਦੇ ਵਿੱਚ ਰੱਖਣੇ ਚਾਹੀਦੇ, ਸਾਡੇ ਬੱਚੇ ਵੀ ਸੇਫ ਨਹੀਂ ਹੈਗੇ, ਆਪਾਂ ਵੀ ਸੇਫ ਨਹੀਂ ਹੈਗੇ, ਬਾਹਰ ਅੰਦਰ ਸਾਰੇ ਜਾਣੇ ਹੈਗੇ ਆ ਅਤੇ ਵੀ ਨਹੀਂ ਆਪਾਂ ਸੇਫ ਹੈਗੇ। ਫਿਰ ਪ੍ਰਸ਼ਾਸਨ ਨੂੰ ਆਪਾਂ ਇਹੀ ਕਹਿੰਦੇ ਹਾਂ ਵੀ ਇੱਦਾਂ ਦੇ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ, ਮਾਰਿਆ ਜਾਵੇ ਉਹਨਾਂ ਨੂੰ। ਉਹ ਪੈਟਬਾਲ ਸੀ, ਉਹ ਵਾਈਟ ਸੀਗਾ, ਹਾਂਜੀ। ਅਤੇ ਉਹ ਫਿਰ ਲੋਕਾਂ ਨੇ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਦੀ ਬੇਟੀ ਖਾ ਲਈ ਹੈ, ਫਿਰ ਉਹਨਾਂ ਨੇ ਲੋਕਾਂ ਨੇ ਮਾਰ ਦਿੱਤਾ ਉਹਨੂੰ। ਵੈਸੇ ਕੁੱਤਾ ਤਾਂ ਅਵਾਰਾ ਸੀਗਾ, ਕਰਦੇ ਨੇ ਚਲੋ ਕੰਪਲੇਂਟ ਵੀ ਨਹੀਂ ਕਰਦੇ, ਬਸ ਕੁੜੀ ਵੀ ਬਚ ਗਈ। ਅਤੇ ਤੁਸੀਂ ਇਹੋ ਜਿਹੇ ਜਿਹੜੇ ਕੁੱਤੇ ਅਵਾਰਾ ਆ ਜਾਂ ਜਿਹਨਾਂ ਘਰਾਂ ਨੇ ਘਰਾਂ 'ਚ ਜਿਹਨੇ ਰੱਖੇ ਹੋ, ਉਹਨਾਂ ਦੇ ਪ੍ਰਸ਼ਾਸਨ ਕੀ? ਇਹ ਐਕਚੁਅਲੀ ਜਿਹੜਾ ਇਹ ਮੈਟਰ ਹੋਇਆ ਸਾਨੂੰ ਥਾਤੋਂ ਪਤਾ ਲੱਗਿਆ, ਇਸ ਚੀਜ਼ ਦੇ ਸਾਡੇ ਕੋਈ ਕੰਪਲੇਂਟ ਵਗੈਰਾ ਨਹੀਂ ਆਈ, ਮਗਰ ਫਿਰ ਵੀ ਮੈਂ ਜਨਤਾ ਅਤੇ ਬੰਗਾ ਦੇ ਨਿਵਾਸੀਆਂ ਨੂੰ ਇਹੀ ਹਦਾਇਤ ਕਰਦਾ ਹਾਂ ਕਿ ਆਪਣੇ ਜਿਹਨਾਂ ਪਾਲਤੂ ਕੁੱਤੇ ਰੱਖੇ ਹੋਏ ਆ ਥੋੜ੍ਹੀ ਉਹਨਾਂ ਦੀ ਸੰਭਾਲ ਕਰਨ, ਜਿਹੜੇ ਅਵਾਰਾ ਕੁੱਤੇ ਆ ਜਿਹੜੇ ਹੈਗੇ ਆ ਆਪਾਂ ਉਹਨਾਂ ਨਾਲ ਆਪਣੀ ਕਮੇਟੀ ਨਾਲ ਕਰਕੇ ਰਾਬਤਾ ਕਾਇਮ ਕਰਕੇ ਜੋ ਇੱਦਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ, ਅਤੇ ਬਾਕੀ ਅਸੀਂ ਆਪਣੀ ਪੁਲਿਸ ਫੋਰਸ ਨੂੰ ਵੀ ਉੱਥੇ ਡਿਊਟੀ ਜੈਲ ਅਫਸਰਾਂ ਨੂੰ ਇੱਕ ਹਦਾਇਤ ਕਰਾਂਗੇ ਕਿ ਉਹ ਆਪਣੇ ਜਾ ਕੇ ਪਬਲਿਕ ਨੂੰ ਥੋੜ੍ਹਾ ਅਵੇਅਰ ਕਰਨ ਕਿ ਇਸ ਚੀਜ਼ ਤੋਂ ਜਿਹਨਾਂ ਨੂੰ ਵੀ ਆਪਣੇ ਪਾਲਤੂ ਕੁੱਤੇ ਜਾਂ ਅਵਾਰਾ ਉਹਨਾਂ ਦੇ ਲੱਗ ਰਿਹਾ ਕਿ ਜੇ ਕਿਸੇ ਏਰੀਏ 'ਚ ਕੋਈ ਹੈਗਾ ਅਵਾਰਾ ਕੁੱਤਾ ਜਿਸ ਤੋਂ ਡਰ ਹੈ, ਉਹ ਪੁਲਿਸ ਦੇ ਨੋਟਿਸ ਹੀ ਲਿਆ ਵਾ ਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਇਹਦਾ ਹੱਲ ਕਰਾਂਗੇ। ਅਤੇ ਬਾਕੀ ਜਿਹਨਾਂ ਨਾਲ ਪਾਲਤੂ ਕੁੱਤੇ ਰੱਖੇ ਹੋਏ ਆ ਜਿੱਦਾਂ ਪੁੱਟਬਲ ਵਗੈਰਾ ਜਾਂ ਕੋਈ ਹੋਰ ਕੁੱਤਾ, ਉਹ ਥੋੜ੍ਹੇ ਆਪਣੇ ਯਾਨੀ ਕਿ ਜਿਹੜਾ ਪੈਟ ਐਨੀਮਲ ਹੈ ਉਹ ਤਾਂ ਥੋੜ੍ਹਾ ਜ਼ਿਆਦਾ ਕੇਅਰ ਕਰਕੇ ਪਬਲਿਕ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਨਵਾਂ ਸ਼ਹਿਰ ਤੋਂ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।